ਪੰਜਾਬ ਪੁਲਿਸ ਦੀ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਵੱਲੋਂ ਕਾਬੂ ਕੀਤੇ ਗਏ ਗੈਂਗਸਟਰ ਰਾਜਨ ਭੱਟੀ ਨੂੰ ਮੋਹਾਲੀ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ। ਹਾਲਾਂਕਿ ਹੁਣ ਇਹਦਾ ਰਿਮਾਂਡ ਲਿਆ ਗਿਆ ਕਿਉਂਕਿ ਇਹਦੇ ਕੋਲੋਂ ਪੁੱਛਗਿੱਛ ਕਈ ਖੁਲਾਸੇ ਸਾਹਮਣੇ ਆ ਰਹੇ ਨੇ। ਪੁਲਿਸ ਮੁਤਾਬਿਕ ਰਿਕਵਰੀ ਹੋਈ ਹੈ 300 ਗ੍ਰਾਮ ਹੀਰੋਇਨ, ਦੋ ਇਲੀਗਲ ਪਿਸਟਲ, ਇੱਕ 45 ਬੋਰ, ਇੱਕ 32 ਬੋਰ ਤੇ 8 ਲੱਖ ਡਰੱਗ ਮਨੀ। ਹੁਣ ਤੱਕ ਦੀ ਪੁਲਿਸ ਦੀ ਇਨਵੈਸਟੀਗੇਸ਼ਨ ਸਾਹਮਣੇ ਆਇਆ ਕਿ ਇੱਥੇ ਇਹ ਕਿਸੇ ਨੂੰ ਮਿਲਣ ਆਇਆ ਸੀਗਾ ਔਰ ਕਈ ਵਾਰਦਾਤਾਂ 'ਚ ਸ਼ਾਮਿਲ ਹੈ, ਕਈ ਚੀਜ਼ਾਂ 'ਚ ਵਾਂਟਿਡ ਹੈ। SSOC ਨੂੰ ਵਾਂਟਿਡ ਸੀਗਾ, ਪਹਿਲਾਂ ਦਿੱਲੀ ਦੀ ਸਪੈਸ਼ਲ ਸੈੱਲ ਨੇ ਵੀ ਇਹਨੂੰ ਕਾਬੂ ਕੀਤਾ ਸੀ ਤੇ ਕਈ ਜਿਹੜਾ ਇਨਵੈਸਟੀਗੇਸ਼ਨ 'ਚ ਇਨੀਸ਼ਲੀ ਇਨਵੈਸਟੀਗੇਸ਼ਨ 'ਚ ਕਈ ਚੀਜ਼ਾਂ ਦਾ ਖੁਲਾਸਾ ਕਰਦਾ ਨਜ਼ਰ ਆ ਰਿਹਾ ਤੇ ਹੁਣ ਇਹਦਾ ਰਿਮਾਂਡ ਲਿਆ ਗਿਆ ਤੇ ਰਿਮਾਂਡ ਤੋਂ ਬਾਅਦ ਹੋਰ ਵੀ ਕਈ ਚੀਜ਼ਾਂ ਨੂੰ ਲੈ ਕੇ ਇਹ ਖੁਲਾਸੇ ਕਰਦਾ ਨਜ਼ਰ ਆ ਰਿਹਾ। ਰਿਮਾਂਡ ਲੈਣ ਤੋਂ ਬਾਅਦ ਹੁਣ ਹੋਰ ਵੀ ਰਿਕਵਰੀ ਹੋਣ ਦੀ ਉਮੀਦ ਹੈ। ਦੂਜੇ ਪਾਸੇ ਵਿਦੇਸ਼ 'ਚ ਬੈਠੇ ਵੱਡੇ ਗੈਂਗਸਟਰਾਂ ਦੇ ਵੀ ਲਿੰਕ 'ਚ ਸੀਗਾ ਜਿਹੜੀ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਤੇ ਕਈ ਚੀਜ਼ਾਂ ਨੂੰ ਲੈ ਕੇ ਕਹਿ ਸਕਦੇ ਹਾਂ ਕਿ ਮੋਹਾਲੀ ਕਿਸ ਤਰ੍ਹਾਂ ਪਹੁੰਚਦਾ ਹੈ, ਕਿਸ ਤਰ੍ਹਾਂ ਦੀ ਫਿਰਾਕ ਸੀਗਾ, ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਲਗਾਤਾਰ ਪੁਲਿਸ ਇਨਵੈਸਟੀਗੇਸ਼ਨ 'ਚ ਜੁੜ ਗਈ ਹੈ। ਮੋਹਾਲੀ ਤੋਂ ਕੈਮਰਾਮੈਨ ਰਜਿੰਦਰ ਕੁਮਾਰ ਨਾਲ ਮਨੋਜ ਰਾਠੀ, ਨਿਊਜ਼ 18 ਪੰਜਾਬ। ਪੰਜਾਬ ਪੁਲਿਸ ਦੀ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਵੱਲੋਂ ਕਾਬੂ ਕੀਤੇ ਗਏ ਗੈਂਗਸਟਰ ਰਾਜਨ ਭੱਟੀ ਨੂੰ ਮੋਹਾਲੀ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ। ਹਾਲਾਂਕਿ ਹੁਣ ਇਹਦਾ ਰਿਮਾਂਡ ਲਿਆ ਗਿਆ ਕਿਉਂਕਿ ਇਹਦੇ ਕੋਲੋਂ ਪੁੱਛਗਿੱਛ 'ਚ ਕਈ ਖੁਲਾਸੇ ਸਾਹਮਣੇ ਆ ਰਹੇ ਨੇ। ਪੁਲਿਸ ਮੁਤਾਬਿਕ ਰਿਕਵਰੀ ਹੋਈ ਹੈ 300 ਗ੍ਰਾਮ ਹੀਰੋਇਨ, ਦੋ ਇਲੀਗਲ ਪਿਸਟਲ, ਇੱਕ 45 ਬੋਰ, ਇੱਕ 32 ਬੋਰ ਤੇ 8 ਲੱਖ ਡਰੱਗ ਮਨੀ। ਹੁਣ ਤੱਕ ਦੀ ਪੁਲਿਸ ਦੀ ਇਨਵੈਸਟੀਗੇਸ਼ਨ ਸਾਹਮਣੇ ਆਇਆ ਕਿ ਇੱਥੇ ਇਹ ਕਿਸੇ ਨੂੰ ਮਿਲਣ ਆਇਆ ਸੀਗਾ ਔਰ ਕਈ ਵਾਰਦਾਤਾਂ 'ਚ ਸ਼ਾਮਿਲ ਹੈ, ਕਈ ਚੀਜ਼ਾਂ 'ਚ ਵਾਂਟਿਡ ਹੈ। SSOC ਨੂੰ ਵਾਂਟਿਡ ਸੀਗਾ, ਪਹਿਲਾਂ ਦਿੱਲੀ ਦੀ ਸਪੈਸ਼ਲ ਸੈੱਲ ਨੇ ਵੀ ਇਹਨੂੰ ਕਾਬੂ ਕੀਤਾ ਸੀ ਤੇ ਕਈ ਜਿਹੜਾ ਇਨਵੈਸਟੀਗੇਸ਼ਨ 'ਚ ਇਨੀਸ਼ਲੀ ਇਨਵੈਸਟੀਗੇਸ਼ਨ 'ਚ ਕਈ ਚੀਜ਼ਾਂ ਦਾ ਖੁਲਾਸਾ ਕਰਦਾ ਨਜ਼ਰ ਆ ਰਿਹਾ ਤੇ ਹੁਣ ਇਹਦਾ ਰਿਮਾਂਡ ਲਿਆ ਗਿਆ ਤੇ ਰਿਮਾਂਡ ਤੋਂ ਬਾਅਦ ਹੋਰ ਵੀ ਕਈ ਚੀਜ਼ਾਂ ਨੂੰ ਲੈ ਕੇ ਇਹ ਖੁਲਾਸੇ ਕਰਦਾ ਨਜ਼ਰ ਆ ਰਿਹਾ। ਰਿਮਾਂਡ ਲੈਣ ਤੋਂ ਬਾਅਦ ਹੁਣ ਹੋਰ ਵੀ ਰਿਕਵਰੀ ਹੋਣ ਦੀ ਉਮੀਦ ਹੈ। ਦੂਜੇ ਪਾਸੇ ਵਿਦੇਸ਼ 'ਚ ਬੈਠੇ ਵੱਡੇ ਗੈਂਗਸਟਰਾਂ ਦੇ ਵੀ ਲਿੰਕ 'ਚ ਸੀਗਾ ਜਿਹੜੀ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਤੇ ਕਈ ਚੀਜ਼ਾਂ ਨੂੰ ਲੈ ਕੇ ਕਹਿ ਸਕਦੇ ਹਾਂ ਕਿ ਮੋਹਾਲੀ ਕਿਸ ਤਰ੍ਹਾਂ ਪਹੁੰਚਦਾ ਹੈ, ਕਿਸ ਤਰ੍ਹਾਂ ਦੀ ਫਿਰਾਕ ਸੀਗਾ, ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਲਗਾਤਾਰ ਪੁਲਿਸ ਇਨਵੈਸਟੀਗੇਸ਼ਨ 'ਚ ਜੁੜ ਗਈ ਹੈ। ਮੋਹਾਲੀ ਤੋਂ ਕੈਮਰਾਮੈਨ ਰਜਿੰਦਰ ਕੁਮਾਰ ਨਾਲ ਮਨੋਜ ਰਾਠੀ, ਨਿਊਜ਼ 18 ਪੰਜਾਬ।